ਜੇਕਰ ਤੁਸੀਂ ਵੀ ਪੈਸੇ ਬੈਂਕ ਦੇ ਵਿੱਚ ਰੱਖੇ ਨੇ ਜਾਂ ਫਿਰ ਸੋਨਾ ਬੈਂਕ ਦੇ ਲੋਕਰਾਂ ਦੇ ਵਿੱਚ ਰੱਖਿਆ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ, ਕਿਉਂਕਿ ਕਿਤੇ ਵੀ ਤੁਹਾਡੇ ਨਾਲ ਵੀ ਇਹਨਾਂ ਕਿਸਾਨਾਂ ਦੇ ਵਾਂਗ ਵੱਡਾ ਧੋਖਾ ਹੀ ਨਾ ਹੋ ਜਾਵੇ। ਜੀ ਹਾਂ, ਦੱਸ ਦਈਏ ਕਿ SBI ਬੈਂਕ ਦੇ ਉੱਤੇ ਕਾਫੀ ਜ਼ਿਆਦਾ ਗੰਭੀਰ ਇਲਜ਼ਾਮ ਜੋ ਨੇ ਇਹਨਾਂ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਅਤੇ ਕੈਸ਼ੀਅਰ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ। ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਬੈਂਕ ਦੇ ਵਿੱਚ ਕਾਫੀ ਪੈਸੇ ਜਮ੍ਹਾਂ ਸੀ, ਪਰ ਉਹਨਾਂ ਨੂੰ ਕੋਈ ਮੈਸੇਜ ਵੀ ਨਹੀਂ ਆਇਆ ਕਿ ਆਖਰ ਇਹ ਪੈਸੇ ਗਏ ਕਿੱਥੇ। ਪਰ ਜਦੋਂ ਉਹ ਪੈਸੇ ਲੈਣ ਦੇ ਲਈ ਇਸ ਬੈਂਕ ਦੇ ਵਿੱਚ ਆਪਣੇ ਪਹੁੰਚੇ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬੈਂਕ ਦੇ ਵਿੱਚ 1 ਵੀ ਰੁਪਈਆ ਨਹੀਂ ਹੈ, ਅਕਾਊਂਟ ਉਹਨਾਂ ਦੇ ਖਾਲੀ ਨੇ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ 8 ਤੋਂ 10 ਲੱਖ ਰੁਪਇਆ ਉਹਨਾਂ ਦੇ ਇਸ ਅਕਾਊਂਟ ਦੇ ਵਿੱਚ ਸੀ, ਪਰ ਹੁਣ ਉਸ ਪੈਸੇ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਕਿਸਾਨਾਂ ਦੇ ਵੱਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ ਗਈ ਹੈ। ਹਾਲਾਂਕਿ ਕੁਝ ਹੋਰ ਵੀ ਕਿਸਾਨਾਂ ਦੇ ਨਾਲ ਇਹ ਧੋਖਾ ਹੋਇਆ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬੈਂਕ ਤੋਂ ਗੋਲਡ ਲੋਨ ਲਿਆ ਸੀ, ਪਰ ਜਿਵੇਂ ਹੀ ਉਹ ਪੈਸੇ ਦੀ ਰਕਮ ਲੈ ਕੇ ਇੱਥੇ ਜਮ੍ਹਾਂ ਕਰਵਾਉਣ ਦੇ ਲਈ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਵੀ ਸੋਨਾ ਚੋਰੀ ਹੋ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਿੱਥੇ ਕਾਫੀ ਰੋਸ਼ ਹੈ, ਉੱਥੇ ਇਸ ਘਟਨਾ ਦੀ ਜਾਂਚ ਹੁਣ ਪੁਲਿਸ ਦੇ ਵੱਲੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ SBI ਬੈਂਕ ਦੇ ਉੱਤੇ ਕਾਫੀ ਜ਼ਿਆਦਾ ਗੰਭੀਰ ਇਲਜ਼ਾਮ ਲੱਗੇ ਨੇ। ਜੇਕਰ ਗੱਲ ਕੀਤੀ ਜਾਵੇ SBI ਬੈਂਕ ਦੀ ਤਾਂ ਕਾਫੀ ਭਰੋਸੇਯੋਗ ਇਹ ਬੈਂਕ ਮੰਨਿਆ ਜਾਂਦਾ, ਪਰ ਇਸ ਬੈਂਕ ਦੇ ਉੱਤੇ ਜੋ ਇਲਜ਼ਾਮ ਲੱਗੇ ਨੇ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਿਹਾ। ਤਾਂ ਦੱਸ ਦਈਏ ਕਿ ਤਲਵੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ SBI ਬੈਂਕ ਦੇ ਉੱਤੇ ਕਾਫੀ ਜ਼ਿਆਦਾ ਵੱਡੇ ਇਲਜ਼ਾਮ ਜੋ ਨੇ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੈਂਕ ਦੇ ਵਿੱਚ ਉਹਨਾਂ ਦੇ ਕਾਫੀ ਪੈਸੇ ਜਮ੍ਹਾਂ ਸੀ, ਪਰ ਜਦੋਂ ਪੈਸੇ ਲੈਣ ਪਹੁੰਚੇ ਤਾਂ ਦੱਸਿਆ 1 ਵੀ ਰੁਪਇਆ ਇਹਨਾਂ ਦਾ ਇੱਥੇ ਨਹੀਂ ਹੈ, ਉਹਨਾਂ ਦੇ ਅਕਾਊਂਟ ਜੋ ਨੇ ਉਹ ਖਾਲੀ ਨੇ। ਹਾਲਾਂਕਿ ਕਿਸਾਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ 1 ਲੱਖ ਰੁਪਏ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਜਮ੍ਹਾਂ ਸੀ, ਪਰ ਹੁਣ ਬੈਂਕ ਪੈਸੇ ਦੇਣ ਤੋਂ ਮੁੱਕਰ ਰਿਹਾ ਹੈ। ਸ਼ੁਰੂ ਤਾਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ, ਸਾਨੂੰ ਨਹੀਂ ਸੀ ਪਤਾ ਅਸੀਂ ਇੱਥੇ ਆਏ ਨਹੀਂ। ਜਦੋਂ ਅਸੀਂ ਆਏ, ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। 8.5 ਲੱਖ ਰੁਪਈਆ ਮੇਰਾ ਖੁੱਲ੍ਹੇ ਖਾਤੇ ਸੀਗਾ, 2.35 ਦੀ ਮੇਰੀ ਲਿਮਿਟ ਸੀ, 2.35 ਦੀ ਮੇਰੇ ਭਰਾ ਦੀ ਲਿਮਿਟ ਸੀ। ਸਰ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ, ਜਦੋਂ ਅਸੀਂ ਵਿੜਕ ਲਈ ਅਤੇ ਪੈਸੇ ਲੈਣ ਆਏ ਅਤੇ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਕਿਵੇਂ ਪਤਾ ਕੀਤਾ ਵੀ ਕੀ ਹੋਇਆ, ਕੀ ਗੱਲਬਾਤ ਕੀਤੀ ਸਾਰੀ ਬੈਂਕ? ਨਹੀਂ ਅਸੀਂ ਪਤਾ ਕਰਾਈ, ਸਾਨੂੰ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਸਹਿਮਤੀ ਸਾਡੀ, ਅਸੀਂ ਤੁਹਾਨੂੰ ਪੈਸੇ ਦਵਾ ਦਿਆਂਗੇ। ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦਿੰਦੇ ਸੀ, ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ। ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢੇ। ਅਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੇਜ? ਨਹੀਂ, ਸਾਡੇ ਕੋਲ ਕੁਛ ਨਹੀਂ ਗਿਆ ਜੀ, ਅਨਪੜ੍ਹ ਬੰਦੇ ਸੀ ਦੋਨੇ ਜੀ, ਸਾਡੇ ਕੋਲ ਕੁਛ ਨਹੀਂ। ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ? ਨਹੀਂ ਜੀ, ਸਾਨੂੰ ਕੁਛ ਨਹੀਂ, ਇਹਨਾਂ ਨੇ ਮਸ਼ੀਨਾਂ ਮਸ਼ੂਨਾਂ ਰੋਕ ਰੱਖੀਆਂ, ਸਾਨੂੰ ਕੁਛ ਨਹੀਂ ਦੱਸਿਆ ਜੀ। ਹਾਂਜੀ, ਹੁਣ ਕਿੰਨਾ ਨੁਕਸਾਨ ਤੁਹਾਡਾ ਹੋ ਗਿਆ ਹੈਗਾ? ਸਾਡਾ ਜੀ ਸਾਢੇ ਮੰਨ ਕੇ ਚੱਲ 13,15,000 ਰੁਪਈਆ ਹੋਊਗਾ। ਹਾਂਜੀ, ਤੁਹਾਨੂੰ ਉਦੋਂ ਬਾਅਦ ਪਤਾ ਲੱਗ ਗਿਆ ਵੀ ਕਿਹਨੇ ਕੀਤਾ ਆਪਣਾ ਸਾਰਾ, ਕੀ ਹੋਇਆ? ਨਹੀਂ ਜੀ, ਅਸੀਂ ਕੁਛ ਨਹੀਂ ਕਹਿ ਸਕਦੇ, ਕੀ ਪਤਾ ਬੈਂਕ 'ਚ ਅਸੀਂ ਸਾਡੇ ਪੈਸੇ ਬੈਂਕ 'ਚ ਸੀਗੇ, ਕੀ ਪਤਾ ਕਿਹਨੇ ਕਰਿਆ ਕਿਹਨੇ ਨਹੀਂ ਕਰਿਆ ਜੀ, ਉਹਦੇ ਬਾਰੇ ਨਹੀਂ ਅਸੀਂ ਕੁਛ ਕਹਿ ਸਕਦੇ। ਇਹਨਾਂ ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਸੈਕ? ਨਹੀਂ, ਹਜੇ ਤੱਕ ਕੁਛ ਨਹੀਂ ਹੋਇਆ ਜੀ। ਨਹੀਂ, ਮਾਮਲਾ ਦਰਜ ਕਰ ਲਿਆ ਪੁਲਿਸ ਨੇ? ਅੱਛਾ ਜੀ। ਕੈਸ਼ੀਅਰ 'ਤੇ ਕੀਤਾ? ਅੱਛਾ ਜੀ। ਕੀ ਲੱਗਦਾ ਕਿਤੇ ਹੋਣਾ ਚਾਹੀਦਾ? ਨਹੀਂ, ਸਾਰੀ ਬੈਂਕ 'ਤੇ ਹੋਣਾ ਚਾਹੀਦਾ ਜੀ, ਤਾਂ ਇਹ ਕਿਹਨੇ? ਜ਼ਿੰਮੇਵਾਰ ਬੈਂਕ ਹੈ ਜੀ, ਅਸੀਂ ਤਾਂ ਹੁਣ ਅਸੀਂ ਇਹੀ ਆਖਾਂਗੇ, ਅਸੀਂ ਤਾਂ ਬੈਂਕ 'ਚ ਧਰੇ ਸੀ ਨਾ। ਹੋਰ ਕਿੰਨੇ ਕੁ ਬੰਦਿਆਂ ਨਾਲ ਹੋਇਆ, ਹੋਰ ਕੀ ਕਾਹਦਾ ਕਾਹਦਾ ਹੋਇਆ? ਹੋਰ ਕਿੰਨੇ ਕੁ ਬੰਦਿਆਂ ਨਾਲ ਹੋਇਆ ਬਾਈ ਜੀ? ਬੰਦੇ 20 ਜਣੇ ਆ ਜੀ, ਕੁਛ ਲੇੜੇ ਵਾਲੇ ਦੇ ਆ, ਕੁਛ ਸੇਫਪੁਰੇ ਦੇ ਆ, 1-2 ਬੰਦੇ ਸਾਡੇ ਪਿੰਡ ਦੇ ਹੋਰ ਵੀ ਹੈ। ਅੱਛਾ। ਹਾਂਜੀ, ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ, ਹੁਣ ਦੁਬਾਰੇ ਫੇਰ ਹੋਗਾ ਜੀ। ਹਾਂਜੀ, ਤੇ ਤੁਸੀਂ ਇਹਦੀ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸੇ ਨੂੰ ਮਿਲੇ ਕੋਈ? ਅਸੀਂ ਮਿਲੇ ਸੀਗੇ, ਸਾਨੂੰ ਕੋਈ ਲਾਰਾ ਲਾਉਂਦੇ ਸੀ, ਸਾਨੂੰ ਕੋਈ ਉਹਨਾਂ ਨੇ ਬਾਰ ਉੱਤਰ ਨਹੀਂ ਦਿੱਤਾ ਜੀ ਗੱਲ। ਹਾਂਜੀ, ਤੇ ਤੁਸੀਂ ਲੱਗਦਾ ਵੀ ਤੁਹਾਨੂੰ ਜੇ ਤੁਹਾਨੂੰ ਸਭ ਤੋਂ ਸੇਫ ਬੈਂਕ ਲੱਗਦਾ ਜੇ ਬੈਂਕ 'ਚ ਨਹੀਂ ਸੁਰੱਖਿਅਤ, ਸੁਰੱਖਿਅਤ? ਨਹੀਂ ਜੀ, ਹੁਣ ਤਾਂ ਅਸੀਂ ਸਾਡੇ ਨੂੰ ਤਾਂ ਕਿਸੇ 'ਤੇ ਯਕੀਨ ਹੀ ਨਹੀਂ, ਬੈਂਕ 'ਤੇ ਵੀ ਕਿੱਥੋਂ ਯਕੀਨ ਹੋਊਗਾ ਜੋ ਸਾਡੇ ਨਾਲ ਹੀ ਇਹ ਗੱਲ ਬਣ ਗਈ, ਸਾਨੂੰ ਤਾਂ ਇਹ ਨਹੀਂ ਜੀ। ਹਾਂਜੀ, ਕੀ ਨਾਮ ਤੁਹਾਡਾ? ਰੇਸ਼ਮ ਸਿੰਘ ਹੈ ਜੀ ਮੇਰਾ। ਕਿਹੜਾ ਪਿੰਡ ਆ ਤੁਹਾਡਾ, ਕੀ ਮਸਲਾ ਸੀ? ਮੇਰਾ ਪਿੰਡ ਬੁਰਜ ਹੈ ਜੀ। ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ, ਮੈਂ ਆਪਦਾ ਸਿਆਉਣਾ 17 ਤੋਲੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ।
ਹੁਣ ਅਸੀਂ ਸਾਨੂੰ ਐਂ ਵੀ ਪੈਸੇ ਭਰਨ ਵੀ ਅਸੀਂ ਆਖਿਆ ਸਾਡੇ ਆਪਦੇ ਪੈਸੇ ਭਰਾ ਅਤੇ ਸਾਡਾ ਸੋਨਾ ਵਾਪਸ ਦਿਓ। ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸੋਨਾ ਗੁੰਮ ਹੋ ਗਿਆ, ਸਾਨੂੰ ਕੋਈ ਬਾਹਰੋਂ ਬੰਦੇ ਨੇ ਦੱਸਿਆ ਸੀ। ਅਸੀਂ ਇਹਨਾਂ ਕੋਲ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ, ਸਾਨੂੰ ਇਹਨਾਂ ਕਹਿੰਦੇ ਵੀ ਤੁਹਾਡਾ ਸੋਨਾ ਤਾਂ ਹੋ ਗਿਆ ਫਰਾਡ ਹੋ ਗਿਆ, ਵੀ ਇਸ ਕਰਕੇ ਤੁਸੀਂ ਆਪਦੇ ਪੈਸੇ ਆਪਦੇ ਜਮ੍ਹਾਂ ਕਰਾ ਜਾਓ ਅਤੇ ਜਿਹੜੇ ਬੈਂਕ ਦੇ ਬਣਦੇ ਹੈਗੇ। ਅਸੀਂ ਆਖਿਆ ਵੀ ਅਸੀਂ ਐਂ ਕਿਵੇਂ ਕਰਾ ਦਈਏ, ਫਿਰ ਕਹਿੰਦੇ ਵੀ ਤੁਸੀਂ ਸੋਨੇ ਦੇ ਪੈਸੇ ਲੈ ਜੂਗੇ। ਅਸੀਂ ਆਖਿਆ ਵੀ ਸਾਡਾ ਤਾਂ ਸੋਨਾ ਦੇ ਦਿਓ 17 ਤੋਲੇ, ਸਾਡਾ ਉਹਦੇ 3-4 ਲੱਖ ਰੁਪਇਆ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ। ਅਸੀਂ ਆਖਿਆ ਵੀ ਸਾਡਾ ਸਾਨੂੰ ਸੋਨਾ ਦੇ ਦਿਓ। ਵੀ ਬਾਕੀ ਐਂ ਜੀ, ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਸਿੱਕਾ ਭਲੇ ਹੋਏ, ਉੱਧਰੋਂ ਉੱਧਰ ਹੀ ਖਾਤੇ 'ਚੋਂ ਪੈਸੇ ਨਿਕਲੇ ਨੇ, ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ, ਉਸ ਤੋਂ ਬਾਅਦ ਫਿਰ ਇਹਨੂੰ ਚਾਬੀਆਂ ਦੇ ਦੀਆਂ ਕੈਸ਼ੀਅਰ ਨੂੰ। ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿਵੇਂ ਮਿਲੀ ਭੁਗਤ ਹੈਗੀ, ਕਿ ਇਹਦੇ 'ਚ ਇਹਨਾਂ ਦਾ ਬਹੁਤ ਸ਼ੱਕੀ ਇਹ ਹੈਗਾ, ਬੈਂਕ ਬ੍ਰਾਂਚ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ, ਕਰੋੜਾਂ ਦੇ ਘਪਲਾ ਹੋਇਆ। ਜਾਂਚ ਹੋਣੀ ਚਾਹੀਦੀ, ਪੂਰੀ ਜਾਂਚ ਹੋਣੀ ਚਾਹੀਦੀ, ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਲੋਕਾਂ ਨੇ ਤਾਂ ਮਸਾ ਢਿੱਡ ਪੇਟ ਬੰਨ ਕੇ ਕੋਈ ਆਪਦਾ ਪੈਸੇ ਜਮ੍ਹਾਂ ਕਰਾਉਂਦਾ, ਕਿਸੇ ਨੇ ਵਿਆਹ ਕਰਨਾ, ਹੁਣ ਸਾਨੂੰ ਗੋਲਡ ਦੀ ਲੋੜ ਸੀ, ਸਾਡੇ ਫੰਕਸ਼ਨ ਹੈ, ਹੋਰ ਆਪਾਂ ਸੋਨਾ ਕਾਹਦੇ ਵਾਸਤੇ ਬਣਾਉਂਦੇ ਹੈਗੇ, ਹੈਂ ਜਦੋਂ ਆਪਾਂ ਪਾ ਹੀ ਨਹੀਂ ਸਕਦੇ, ਲੈ ਨਹੀਂ ਸਕਦੇ ਮੌਕੇ 'ਤੇ, ਫਿਰ ਆਪਾਂ ਨੂੰ ਸੋਨੇ ਦਾ ਕੀ ਹੋ। ਹਾਂਜੀ, ਕੀ ਨਾਮ ਬਾਈ? ਮਿੱਠੂ ਸਿੰਘ ਜੀ। ਮਿੱਠੂ ਸਿੰਘ, ਕੀ ਮਸਲਾ ਹੋਇਆ ਸਾਰਾ, ਕਿੰਨੀ ਕੁ ਮੁਸ਼ਕਿਲ ਆ ਰਹੀ ਹੈ ਹੁਣ? ਇੱਕ ਬੈਂਕ 'ਤੇ ਵਿਸ਼ਵਾਸ ਹੁੰਦਾ, ਜੇ ਬੈਂਕ 'ਚ ਐਂ ਹੋਣ ਲੱਗਿਆ ਫਿਰ ਕੀ ਕਰੋਗੇ? ਬੈਂਕ ਨੇ ਵਿਸ਼ਵਾਸ ਬੈਂਕ 'ਤੇ ਕੀ ਰਹਿਣਾ ਸੀ ਜੀ, ਸਾਡਾ ਪੈਸੇ ਲੈ ਗਏ ਜੀ, ਮੇਰਾ 4,26,000 ਰੁਪਈਆ ਲੈ ਗਏ, 12 ਲੱਖ ਰੁਪਈਆ ਸੀ ਜੀ ਮੇਰਾ, ਬਾਕੀ ਤਾਂ ਮੈਂ ਲੈ ਗਿਆ ਸੀ ਅਤੇ 4,26,000 ਰਹਿ ਗਿਆ ਸੀ। ਉਹ ਜਦੋਂ ਮੈਂ ਲੈਣ ਆਇਆ ਅਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ, ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ, ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ 'ਤੇ ਤਾਂ ਪੈਸੇ ਹੀ 1400 ਰੁਪਈਆ ਸਾਰਾ। ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ? ਮੈਨੇਜਰਾਂ ਦਾ ਜੇ ਬਹੁ ਐਂ ਜੇ ਕਰਨ ਲੱਗ ਗਿਆ, ਮੈਂ ਕਿਹਾ ਮੇਰੀ ਤਸੱਲੀ ਕਰਾਓ ਜੀ, ਕਿੱਧਰ ਗਏ ਮੇਰੇ ਪੈਸੇ, ਮੇਰੇ ਪੈਸੇ ਦਿਓ। ਮੈਨੇਜਰ ਨੇ ਫਿਰ ਬਾਕੀ ਮੁੰਡੇ ਜੇ ਸੱਦ ਲਏ, ਦੇਖੋ ਵੀ ਐਂ ਕਰੋ, ਵਾਹ ਕਰੋ, ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ, ਵਿੱਚ ਹੀ ਮੈਨੇਜਰ ਹੋਣਾ, ਮੈਨੇਜਰ ਕਿਹੜਾ ਬਾਹਰ ਹੋਣਾ, ਫਿਰ ਇਹ ਘਪਲੇ ਜਦੋਂ ਐਡੇ ਐਡੇ ਕਰਦੇ ਨਾ, ਬੈਂਕ ਤਾਂ ਖਾਲੀ ਹੋ ਗਈ, ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ, ਪਤਾ ਹੈ ਸਾਰਾ ਵਿੱਚ ਬੇਨਤੀ ਇਹ ਕਰਦਾ ਵੀ 10-20 ਦਿਨਾਂ 'ਚ ਮੇਰੇ ਪੈਸੇ ਦਿੱਤੇ ਜਾਣ, ਨਹੀਂ ਪੈਸੇ ਦਿੰਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂੰਗਾ ਸਮੇਤ ਬੈਂਕ ਮਚਾਊਂਗਾ। ਮੇਰਾ ਨਾਮ ਰਾਜਵੀਰ ਸਿੰਘ ਹੈ ਜੀ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜਨਰਲ ਸਕੱਤਰ ਹਾਂ ਬਲਾਕ ਤਲਵੰਡੀ ਸਾਬੋ ਦਾ। ਰਾਜਵੀਰ, ਕੀ ਗੱਲ ਹੋਈ ਹੈ, ਕਿਵੇਂ ਘਟਨਾ ਵਾਪਰੀ ਹੈ, ਕਿੰਨਾ ਘਪਲਾ ਇੱਥੇ ਹੋਇਆ ਹੈਗਾ ਅਤੇ ਕਿਹਨੇ ਕੀਤਾ ਹੈਗਾ ਸਾਰਾ? ਜੋ ਹੁਣ ਤੱਕ ਜਥੇਬੰਦੀ ਕੋਲ ਆਏ ਜੀ 20 ਬੰਦੇ ਆ ਤਕਰੀਬਨ ਜੀ, ਅਤੇ ਉਹਨਾਂ ਦਾ 40 ਲੱਖ ਰੁਪਈਆ ਦੇ ਕਰੀਬ ਹੈ, ਅਤੇ 17 ਤੋਲੇ 37 ਤੋਲੇ ਸੋਨਾ ਜੀ, ਇੱਕ ਦਾ 20 ਤੋਲੇ, ਇੱਕ ਦਾ 17 ਤੋਲੇ ਹੈ, ਅਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਛ ਕਰਿਆ? ਅਸੀਂ ਤਾਂ ਬੈਂਕ ਨੂੰ ਜਾਣਦੇ ਹਾਂ, ਸਾਨੂੰ ਨਹੀਂ ਪਤਾ ਵੀ ਕਿਹਨੇ ਕੀ ਕੀਤਾ। ਅਤੇ ਜਦੋਂ ਇੱਥੇ ਆਉਂਦੇ ਸੀਗੇ ਇੰਟਰੀਆਂ ਮਰਵਾਉਣ, ਇਹਨਾਂ ਦੇ ਖਾਤੇ ਖਾਲੀ ਸੀਗੇ, ਕੁਛ ਦੇ ਲਿਮਟਾਂ ਦੇ ਪੈਸੇ ਸੀਗੇ, ਸੇਵਿੰਗ ਖਾਤੇ ਵੀ ਸੀ, ਖੁੱਲ੍ਹੇ ਖਾਤੇ ਵੀ ਸੀਗੇ, ਅਤੇ ਫਸਲ ਦੇ ਪੈਸੇ ਆਏ ਸੀ। ਦੇਖੋ, ਗਾਹਕ ਕੋਈ ਵੀ ਹੈ, ਕਿਸਾਨ ਹੈ, ਆਪਾਂ ਸਭ ਤੋਂ ਵਧੀਆ ਅਦਾਰਾ ਬੈਂਕ ਨੂੰ ਮੰਨਦੇ ਹਾਂ ਵੀ ਆਪਾਂ ਸੇਫ ਬੈਂਕ ਦੇ ਵਿੱਚ ਹਾਂ, ਆਪਾਂ ਗੋਲਡ ਵੀ ਰੱਖਦੇ ਹਾਂ, ਪੈਸੇ ਵੀ ਰੱਖਦੇ ਹਾਂ, ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫ੍ਰੀ ਹੈ। ਸਾਡੇ ਨਾਲ ਹੀ ਕਿਸਾਨ ਖੜ੍ਹੇ ਆ ਗੁਰਤੇਜ ਸਿੰਘ, ਇਹਨਾਂ ਦਾ ਮੋੜ 38 ਗੇ 'ਚ ਸੀਗਾ 20 ਲੱਖ ਰੁਪਈਆ, ਇਹਨਾਂ ਦਾ 38 ਲੈ ਗਿਆ,
ਜੇ ਉੱਧਰੋਂ ਆਪਾਂ ਕਹਿੰਦੇ ਵੀ ਉਦੋਂ ਬੈਂਕ 'ਚ ਠੀਕ ਹੈ ਤਾਂ ਇੱਧਰੋਂ ਬੈਂਕ ਵੀ ਲੈ ਗਏ ਅਤੇ ਕਿਸਾਨ ਤਾਂ ਦੋਨੇ ਪਾਸੋਂ ਮਾਰਿਆ ਗਿਆ ਜੀ। ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਫ ਕੋਲ, ਇੱਧਰ ਦੇ IRBO ਬ੍ਰਾਂਚ ਇਹਨਾਂ ਦੇ ਬਠਿੰਡੇ ਹੈਗਾ ਰੀਜਨਲ ਆਫਿਸ, ਉਹ 'ਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇੱਥੇ ਧਰਨਾ ਦਿੱਤਾ 17 ਤਰੀਕ ਨੂੰ। ਉੱਦਣ ਫਿਰ ਇਹਨਾਂ DSP ਸਾਹਿਬ ਆਏ ਅਤੇ ਮੈਨੇਜਰ ਸਾਹਿਬ ਇਹਨਾਂ ਨੇ ਉੱਪਰ ਗੱਲ ਕੀਤੀ ਆਪਦੇ। ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ FIR ਲਾਂਚ ਕਰਾਂਗੇ, ਪੁਲਿਸ ਪ੍ਰਸ਼ਾਸਨ ਕਹਿੰਦਾ, ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ, ਉੱਥੋਂ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ। ਪਹਿਲਾਂ ਇਹ ਕਹਿੰਦੇ ਸੀ ਵੀ ਸਾਡਾ KCR ਲੈ ਗਿਆ, ਅਸੀਂ ਸਾਡਾ ਕਿਸੇ KCR ਨਾਲ ਮਤਲਬ ਨਹੀਂ, ਉਹ 'ਤੇ ਤੁਸੀਂ ਕੇਸ ਚਲਾਓ, ਉਹਦੇ ਨਾਲ ਜੇ ਮਰਜ਼ੀ ਲੜੋ, ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਆਉਣੇ ਚਾਹੀਦੇ ਆ। ਇਹਨਾਂ ਨੇ ਕਿਹਾ ਵੀ ਅਸੀਂ ਸਿਵਲ ਸੂਟ ਪਾਵਾਂਗੇ 1-2 ਤਰੀਕਾਂ ਦੇ ਵਿੱਚ ਹਰੇਕ ਦਾ, ਜੇ ਕਿਸੇ ਦੇ ਲਿਮਟ ਵਾਲਾ ਵਿਆਜ ਦੇ ਕੇ, ਜੇ ਕਿਸੇ ਖੁੱਲ੍ਹੇ ਖਾਤੇ ਦੇ ਖੁੱਲ੍ਹੇ ਖਾਤੇ ਵਾਲਾ ਵਿਆਜ ਲੈ ਕੇ ਅਸੀਂ ਇਹਨਾਂ ਦਾ ਨਿਬੇੜਾਂਗੇ ਜੀ। ਜਿਹੜੀ ਗੱਲ ਸਾਡੇ ਨਾਲ ਹੋਈ ਹੈ ਅਤੇ ਖਰਾ ਉਤਰਨਗੇ ਤਾਂ ਠੀਕ ਹੈ, ਜੇ ਇਹ ਤੋਂ ਕੋਈ ਅੱਗੇ ਪਿੱਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ। ਇਹ ਸੋਨਾ ਜਿਹੜਾ ਗਾਇਬ ਹੋਇਆ ਕਿੱਥੋਂ ਗਾਇਬ ਹੋਇਆ, ਕਿੱਥੇ ਧਰਿਆ ਸੀ? ਇਹ ਗੋਲਡ ਲੋਨ ਲਿਆ ਸੀਗਾ ਜੀ, ਗੋਲਡ ਲੋਨ ਲੈ ਕੇ ਅਤੇ ਜਦੋਂ ਉਹ ਆਪਣਾ ਬੰਦ ਕਰਵਾਉਣ ਆਏ ਗੋਲਡ ਲੋਨ ਦੋਨੇ ਕਿਸਾਨ, ਅਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ, ਸੋਨਾ ਤੁਹਾਡਾ ਹੈ ਨਹੀਂ, ਜਾਂ ਸੋਨਾ 50,000 ਰੁਪਈਏ ਦੇ ਹਿਸਾਬ ਨਾਲ ਲੈ ਲਓ, ਅਤੇ ਜਾਂ ਫਿਰ ਤੁਹਾਡਾ ਸੋਨਾ ਕੱਟ ਕੇ ਕਾਟ ਦੇਵਾਂਗੇ ਅਸੀਂ। ਇਹ ਕਹਿੰਦੇ ਗੱਲ ਕੀ ਹੈ, ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ, ਸਾਡੇ ਕੋਲ ਪਹਿਲੇ ਹੀ ਇਹ ਆਏ ਪਏ ਸੀਗਾ, ਅਤੇ ਅਸੀਂ ਆਖਿਆ ਵੀ ਤੁਹਾਡਾ ਸੋਨਾ ਹੈ ਨਹੀਂ, ਚਲੋ ਇੱਥੇ ਆਏ ਉਹ ਜੋ ਉਹਨਾਂ ਨੇ ਥੋੜ੍ਹਾ ਜਿਹਾ ਦਾਬ ਨਾ ਪੁੱਛਿਆ ਪ੍ਰੈਸ਼ਰ ਪਾ ਕੇ। ਫਿਰ ਇਹਨਾਂ ਨੇ ਕਹਿੰਦੇ ਵੀ ਤੁਹਾਡਾ ਸੋਨਾ ਇੱਥੋਂ ਆਪਣਾ ਗਾਇਬ ਹੋ ਗਿਆ, ਅਤੇ ਹਰਵੀਰ ਸਿੰਘ ਸਾਡੇ KCR, ਉਹਨੇ ਮਥੋੜ ਕੋਈ ਫਾਈਨਾਂਸ ਆ ਉੱਥੇ ਰੱਖ ਕੇ ਆਪਣਾ ਫਾਈਨਾਂਸ ਕਰਵਾ ਲਿਆ ਦੁਬਾਰੇ ਉਹ 'ਤੇ, ਅਤੇ ਉਹ ਵੀ ਮਸਲਾ ਨਾਲ ਹੀ ਹੈ ਇਹਦੇ, ਅਤੇ ਉਹਦੇ 'ਤੇ ਵੀ ਕਹਿੰਦੇ ਵੀ ਅਸੀਂ ਜਦੋਂ ਇਹ ਸਾਡੇ ਕੋਈ ਮਨਜ਼ੂਰੀ ਆ ਗਈ ਅਤੇ ਉਦੋਂ ਤੁਹਾਡਾ ਕਲੀਅਰ ਕਰ ਦੇਣੀ। ਜਿਵੇਂ KCR 'ਤੇ ਪਰਚਾ ਦਰਜ ਹੋਇਆ, ਤੁਹਾਨੂੰ ਦੱਸਦਾ ਵੀ ਹੋਰ ਵੀ ਇਸ 'ਚ ਬੰਦੇ ਸ਼ਾਮਿਲ ਹੋ ਸਕਦੇ ਆ, ਸਾਰੀ ਜਾਂਚ ਹੋਣੀ ਚਾਹੀਦੀ ਹੈਗੀ ਸਰ? ਬਿਲਕੁਲ ਜੀ, ਤਸੱਲੀ ਹੈ ਕਿਸਾਨਾਂ ਦੀ? ਨਹੀਂ ਬਿਲਕੁਲ ਨਹੀਂ ਤਸੱਲੀ ਜੀ। ਸਾਡਾ ਪਹਿਲਾ ਮੇਨ ਮਕਸਦ ਤਾਂ ਪੈਸੇ ਨਾਲ ਹੈ ਜੀ, ਜੋ ਪੈਸੇ ਨਾਲ ਇਹਨਾਂ ਨੇ ਕਮਿਟਮੈਂਟ ਹੋਈ ਹੈ ਉਹਦੇ ਨਾਲ ਵੀ ਸਾਡਾ ਕੋਈ KCR ਨਾਲ ਮਤਲਬ ਨਹੀਂ, ਉਹ ਤੋਂ ਜਦੋਂ ਮਰਜ਼ੀ ਲੈਣ, ਜਿਹੜੇ ਤਰੀਕੇ ਨਾਲ ਮਰਜ਼ੀ ਲੈਣ। ਸਾਨੂੰ ਤਾਂ ਇਹਨੇ ਕਿਹਾ ਵੀ ਸਿਵਲ ਸੂਟ ਪਾ ਕੇ ਮਨਜ਼ੂਰੀ ਲੈ ਕੇ ਤੁਹਾਡਾ ਪੈਸਾ ਬੈਂਕ ਨੂੰ ਨਿਬੇੜਾਂਗੇ, ਬੈਂਕ ਦੇ ਉੱਪਰੋਂ ਟੀਮ ਆ ਕੇ, ਇੱਥੇ ਫਰੋਡ ਡਿਕਲੇਅਰ ਹੋ ਚੁੱਕਾ ਵੀ ਫਰੋਡ ਹੋਇਆ ਬੈਂਕ ਦੇ ਵਿੱਚ, ਇਹਨਾਂ ਦਾ ਸਟਾਫ ਨੇ ਇੱਥੇ ਉੱਪਰੋਂ ਸੀਨੀਅਰ ਅਧਿਕਾਰੀ ਆਏ ਸੀ, ਉਹਨਾਂ ਨੇ ਡਿਕਲੇਅਰ ਕਰਤੇ ਫਰੋਡ ਹੋਇਆ, ਅਤੇ ਕਿਸਾਨਾਂ ਦੀ ਭਰਪਾਈ, ਗਾਹਕਾਂ ਦੀ ਭਰਪਾਈ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਜੀ, ਬੈਂਕ ਸਾਡਾ ਇਹ ਲੋਕ ਹੀ, ਇਹ ਪਿੰਡ ਦੇ ਲੋਕ, ਆਸੇ ਪਾਸੇ ਪਿੰਡਾਂ ਦੇ ਲੋਕ ਇਹਨੂੰ ਇੰਨਾ ਅੱਗੇ ਲੈ ਕੇ ਗਏ। KCR ਨੇ ਕਰਤਾ ਸਾਰਾ ਕੁਛ? ਬਿਲਕੁਲ ਨਹੀਂ ਜੀ, KCR ਜਨਵਰੀ ਤੋਂ ਲੈ ਕੇ ਸ਼ੱਕੀ ਨਜ਼ਰਾਂ ਨੇ ਦੇਖਿਆ ਜਾ ਰਿਹਾ, ਪਹਿਲਾਂ ਥੋੜ੍ਹੇ ਲੈਵਲ 'ਤੇ ਹੋਇਆ, ਉਹ ਇਹਨਾਂ ਨੇ ਅੰਦਰ ਸਟਾਫ ਲੈਵਲ 'ਤੇ ਨਿਬੇੜ ਲਿਆ, ਫਿਰ ਇਹ ਗੱਲਾਂ ਹੋ ਗਈਆਂ, ਇਹ ਦੂਜਿਆਂ ਦੇ ਖਾਤੇ 'ਚ ਕੱਢ ਕੇ ਦੇ ਤੇ, ਉਸ ਤੋਂ ਬਾਅਦ ਸੋਨਾ ਗਾਇਬ ਹੁੰਦਾ। ਜਦੋਂ KCR ਇੰਨਾ ਸ਼ੱਕੀ ਹੈ ਮੈਨੇਜਰ ਦੇ ਨਜ਼ਰਾਂ ਦੇ ਵਿੱਚ, ਅਤੇ ਉਹਨੂੰ ਚਾਬੀਆਂ ਉਹਦੇ ਕੋਲ ਲੌਕਰਾਂ ਦੇ ਕਿਵੇਂ ਆ ਗਈਆਂ?